बिस्मिल्लाह रहमान रहीम। अस्सलाम वालेकुम। हाँ जी, तो भैन भाईओ, सुबह का टाइम आ, तो मैं अज सुबह सुबह ही नाश्ता टाइम नाल बना लिया सी, क्योंकि अज बच्चे गए ने स्कूल, पहले दिन ही गए स्कूल, खुल गए ने कल परसों भी खुले, तो पढ़ाई मैं कहा सर्दी ज़्यादा है तो पढ़ाई शायद होंगी है कि नहीं, दो दिन भेजा नहीं तो अज पहले दिन भेजा, तो हूँ मैं बर्तन धोते नाश्ता करके तो घर की सफाई वगैरह की आ। इधरों देखो सारे कमर च सेन की बरामदे सफाई की है सारे, तो हूँ इधर बाहर आ गई हाँ। देखो बाहर पत्ते तो गंद किन्ना है, हालांकि मैं रोज़ ही एक दफ़ा झाड़ू लाने बकैन ठंडा करके सो गई है ना पत्ते, तो इस करके नालों नाल ही घिरते रहेंगे। पहले मैं क्या कि फिर आनंद बाबा ने कहा कि उत्तों ला दो छांग दो, तो कहते नहीं किसी ना बकरियां वाले को कहूँगा कि उत्तों ला के तो बकरियां वास्ते लै जाएंगे, ना किसी ने कहा ही तो ना उत्तों लाए आ, तो हूँ सारिया सर्दियाँ फिर इस तरह ही घिरते रहेंगे पत्ते। हूँ मैं इतने बाहर झाड़ू लाने तो सारे इकट्ठा करके तो फिर वो इतने दूध सुट के आने। आ देखो जी, बड़ा सारा डंडा मैं लैके आई हूँ, ये सारे पिछले पहले उत्तर झाड़ लेनी है, क्योंकि रोज़ रोज़ फेरते हैं तो फिर नीचे सारे फिर झाड़ू लाऊंगी। देखो बड़ा डंडा लैके मैं सारे पत्ते उपरों झाड़ ले, तो चलो हूँ तीन चार दिन तक फिर मैं एक दफा ना डंडे नाल झाड़ लूँगी, इस तरह ही है सारे लथने उदा ये जो थोड़े थोड़े किरते रहेंगे, फिर बार बार झाड़ू तो नहीं लाया जाता, सर्दी का मौसम है छोटे छोटे दिन एक दफा ही बस, सुबह सुबह झाड़ू लाने तो फिर पत्ते सारा दिन किरते रहेंगे। देखो नीचे किन्ने ढेर सारे पत्ते लथे आ, हूँ सारे मैं झाड़ू ला के ना तो चक लैनी हाँ इतों, हूँ तीन चार दिन सोखे लंघ जाएंगे। आ देखो हरे हरे पत्ते रह गए, बाकी डंडे ना तकरीबन सुके सुके सारे मैं झाड़ ले।
ਲੈ ਭਈਆ ਕੰਮ ਚੰਗਾ ਕੀਤਾ ਇਹਨੂੰ ਵੀ ਛਾਂ ਠੰਡ ਲੱਗ ਗਈ ਕਿੰਨੀ ਕੰਮ ਕੁੱਟ ਕੇ ਵਿਚਾਰਾ ਹਾਂ ਠੰਡ ਲੱਗੀ ਵਿਚਾਰੇ ਨੂੰ ਆਹ ਕੰਮ ਚੰਗਾ ਕੀਤਾ ਰੋਜ਼ ਰੋਜ਼ ਫਿਰਨ ਨਾਲ ਨਾ ਇੱਕੋ ਦਿਨ ਇਹਨਾਂ ਨੇ ਸਫਾਈ ਫੇਰ ਕੇ ਠੰਡਾ ਇੱਕ ਵਾਰੀ ਹੋਰ ਫਿਰਨਾ ਬਸ ਬਸ ਹਟ ਜਾਣ ਸਾਰੇ ਪੱਤੇ ਹਾਂ ਮੈਂ ਝੜ ਗਿਆ ਹਲਕੇ ਹਲਕੇ ਰਹਿ ਗਏ ਝਾੜ ਕੇ ਨਾ ਸਾਰਾ ਦਿਨ ਮਨ ਜੀ ਹਵਾ ਚੱਲੇ ਤੇ ਪੱਤੇ ਕਹਿੰਦੇ ਫਿਰ ਦੂਰ ਤੱਕ ਉਹ ਪੁਲੀ ਤੱਕ ਜਾਂਦੇ ਨੇ ਸਬਜ਼ੀ ਦੇ ਵਿੱਚ ਵੀ ਡਿੱਗਦੇ ਨੇ ਇੱਕ ਵਾਰੀ ਇਹਨਾਂ ਨੂੰ ਇਸ ਤਰ੍ਹਾਂ ਇੱਕ ਦਫ਼ਾ ਫਿਰ ਉੱਤੋਂ ਝਾੜਨਾ ਹੁੰਦਾ ਹਾਂ ਝਾੜ ਕੇ ਤੇ ਬਸ ਬਸ ਐਵੇਂ ਉੱਧਰ ਹੀ ਹਿਮਾਲ ਵਾਲੀ ਜਿਹੜੀ ਸੀ ਉੱਧਰ ਮੈਂ ਛਾਂਗੀ ਨਾ ਇਹ ਮੈਂ ਕਿਹਾ ਚੱਲ ਫਿਰ ਕਿਤੇ ਟਾਈਮ ਲੱਗਾ ਅੱਗੋਂ ਮੌਸਮ ਹੀ ਖਰਾਬ ਹੋ ਗਿਆ ਟਾਈਮ ਕੀ ਲੱਗਣਾ ਬੜੀ ਮੁਸ਼ਕਲ ਦੇ ਨਾਲ ਪੱਠੇ ਪੁੱਠੇ ਕੱਟੇ ਜਾਂਦੇ ਨੇ ਅਤੇ ਮਾਲ ਦਾ ਸਰੀਰ ਦਾ ਵਾਧਾ ਘਾਟਾ ਕੋਈ ਹੋਰ ਥੋੜ੍ਹਾ ਬਹੁਤਾ ਕੰਮ ਬਹੁਤ ਮੌਸਮ ਖਰਾਬ ਹੋ ਗਿਆ ਚਲੋ ਇਹਨੇ ਕੁਛ ਇਹਨੂੰ ਉੱਥੇ ਪਿਛਲੀ ਸਾਈਡ 'ਤੇ ਸੁੱਟ ਕੇ ਆਵੇ ਉੱਥੇ ਮਾੜੇ ਜਿਹੇ ਖੁਸ਼ਕ ਹੋ ਜਾਂਦਾ ਨਾ ਧੁੱਪ ਨਿਕਲੀ ਅਤੇ ਉੱਥੇ ਇਹਨੂੰ ਅੱਗ ਲਾ ਛੱਡਿਆ ਜਿੱਥੇ ਨਾਰ ਦਾ ਬਾਲਣ ਚੁੱਕਿਆ ਸੀ ਉੱਥੇ ਕਿੱਦਾਂ ਚੁੱਪ ਕਰਕੇ ਨਹੀਂ ਤਾਂ ਬੈਠਾ ਸੀ ਠੰਡਾ ਹੋ ਗਿਆ ਠੰਡ ਲੱਗੀ ਹੈ ਨਹੀਂ ਤਾਂ ਮਾੜਾ ਜਾ ਕੇ ਬੰਦਾ ਕੋਲ ਹੋਵੇ ਨਾ ਤਾਂ ਚਾਂ ਚ ਕਰਦਾ ਭੱਜ ਜਾਂਦਾ ਠੰਡ ਕਰ ਜਾਂਦੇ ਹਾਂ ਬਹੁਤ ਠੰਡ ਹੋ ਗਈ ਨਾ ਕਾਫੀ ਦਿਨ ਹੋ ਗਏ ਨੇ 20 ਦਿਨ ਮਹੀਨਾ ਹੁੰਦਾ ਪਿਆ ਧੁੱਪ ਨਿਕਲੀ ਨਹੀਂ ਅੱਛਾ ਮੌਸਮ ਅੱਲਾਹ ਤਾਲਾ ਦੇ ਨੇ ਅੱਲਾਹ ਤਾਲਾ ਮਿਹਨਤ ਕਰੇ ਤੂਫਾਨ ਵੀ ਉਹਦੀਆਂ ਠੰਡ ਵੀ ਉਹਦੀ ਦੋਨੇ ਜਿੱਦਾਂ ਦਾ ਮੌਸਮ ਹੁਣ ਸਰਦੀ ਦਾ ਹੈ ਜੋ ਸਹੀ ਬਾਰਵਾਂ ਮਹੀਨਾ ਅਤੇ ਪਹਿਲਾ ਮਹੀਨਾ ਬਾਰਵਾਂ ਲੰਘ ਗਿਆ ਪਹਿਲਾ ਮਹੀਨਾ ਜਿਹੜਾ ਇਹ ਸਰਦੀ ਦਾ ਇਹ ਅਗਲੇ ਜਿਹੜੇ 20 ਦਿਨ ਹੈਗੇ ਆ ਹੁਣ ਦਬਾ ਕੇ ਸਰਦੀ ਪੈਣੀ ਫਿਰ ਬਾਅਦ ਚੱਕ ਮੌਸਮ ਕਾਫੀ ਬਿਹਤਰ ਹੁੰਦਾ ਜਾਂਦਾ ਲਓ ਜੀ ਝਾੜੂ ਲਾ ਕੇ ਮੈਂ ਇੱਥੋਂ ਸਾਰੇ ਪੱਤੇ ਢੇਰ ਸਾਰੇ ਸੀ ਮੈਂ ਪੱਲੀ ਵਿੱਚ ਪਾ ਕੇ ਅਤੇ ਉੱਧਰ ਮਕਾਨਾਂ ਦੀ ਪਿਛਲੀ ਸਾਈਡ 'ਤੇ ਸਿੱਟ ਕੇ ਆਈ ਹਾਂ ਉੱਥੇ ਨਾ ਅੱਗੇ ਨਾਰ ਦਾ ਬਾਲਣ ਪਿਆ ਸੀ ਉੱਥੇ ਪੱਤੇ ਪੁੱਤੇ ਪਏ ਆ ਅਤੇ ਮੈਂ ਕਿਹਾ ਧੁੱਪ ਲੱਗੂਗੀ ਝਾੜੂ ਲਾ ਕੇ ਉੱਥੋਂ ਅਤੇ ਸਾਰੇ ਅੱਗ ਲਾ ਦੂੰਗੀ ਸੁੱਕ ਜਾਣਗੇ ਸਾਫ਼ ਸੁਥਰੇ ਹੋ ਕੇ ਦੇਖੋ ਵਾਰ ਵਾਰ ਉੱਤੋਂ ਫਿਰ ਘੇਰੇ ਜਾਂਦੇ ਆ ਸੁੱਕੇ ਹੈ ਨਾ ਹੁਣ ਮੈਂ ਜਾਂਦੀ ਹਾਂ ਘਰ ਫਟਾਫਟ ਅੱਜ ਜੁਮਾਂ ਹੈ ਬੱਚਿਆਂ ਨੇ ਵੀ ਮਾਸ਼ਾਅੱਲਾ ਜਲਦੀ ਆ ਜਾਣਾ ਸਕੂਲੋਂ ਅਤੇ ਮੈਂ ਬਿਜਲੀ ਆਈ ਆ ਠੀਕ ਆ ਕੋਈ ਹਾਲ ਨਹੀਂ ਨਾ ਕੋਈ ਕੱਪੜਾ ਸੁੱਕਦਾ ਅਤੇ ਨਾ ਕੋਈ